नमस्कार खबर न्यूज़ बुलेटिन चंदा स्वागत है मैं आरती शर्मा सबनेशा पहले जतीया खास खास खबरा भारत ने पाकिस्तान कने ओनेयाली विदेश मंत्री स्तर दी गलबत कीति रद्द कश्मीर क्षेत्रो एसपीओस दी आतंकवादी हिंसा ते कर ने मगर सरकार ने लत्ता फैसला कटुवा ते उधमपुर जिले च शहरी मुकामी इदारें दे चुनाव वास्ते तैयारियां दा लत्ता गया जायजा दोने जिले दे डिप्टी कमिश्नर ने लती मीटिंग ते डोडा जिले च एक सरका से च चार जने दी मौत ते नौ जख्मी जख्मी गी डोडा जिला अस्पताल च कराया गया दाखि भारत ने संयुक्त राष्ट्र महासभा न्यूयॉर्क के बारे पाकिस्तान करने विदेश मंत्री स्तर गलबाद की गलबा की रद्द कर दी जम्मू कश्मीर च त्रै एसपीओज की आतंकवाद आसिया हत्या किए जाने ते पाकिस्तान च आतंकवादियों के समर्थन से डाक टिकटा जारी कि मद्दनजर भारत सरकार ने यह फैसला लश मंत्री स्तर की गलब रद्द करने की घोषणा कर विदेश मंत्रालय ने यह भी आखिर भारत आसिया पाकिस्तान की कई बार सुधरने का मौका दिते जाने के बावजूद द्वीडी देश के दे कोई तब्दीली नहीं आई प्रस्ताव के पीछे उनके नापाक इरादे हैं जिसका खुलासा हो चुका है पाकिस्तान के नए प्रधानमंत्री इमरान खान का असली चेहरा सामने आ गया है वो भी उनके कार्यकाल के शुरुआती दौर में ही ऐसे माहौल में पाकिस्तान से बात करने का कोई मतलब ही नहीं है बिल्कुल अर्थहीन है इस बदले हुए परिस्थिति में भारत और पाकिस्तान के विदेश मंत्रियों के बीच न्यूयॉर्क में कोई मुलाकात नहीं होगी ਕੇਂਦਰੀ ਰਾਜ ਮੰਤਰੀ ਡਾਕਟਰ ਜੀਤਿੰਦਰ ਸਿੰਘੂ ਰੇਗਲਾਜੇ ਕਸ਼ਮੀਰ ਚਾਦੰਗਵਾਦੀ ਦੀ ਹਮਾਇਤ ਕਰਨ ਵਾਲੇ ਕੇਸ਼ ਰਾਜਨੇਤਾ ਪਾਕਿਸਤਾਨੀ ਪ੍ਰਵਕਤਾ ਐਲੀ ਪਾਸ਼ਾ ਬੋਲਾਰ ਦਿਨ ਨਵੀਂ ਦਿੱਲੀ ਚ ਆਯੋਜਿਤ ਯੁਵਾ ਸੰਮੇਲਨ ਦੇ ਬਕਵਾਰੇ ਮੀਡੀਆ ਲਿੰਗੀ ਸੰਬੋਧਿਤ ਕਰਦੇ ਡਾਕਟਰ ਸਿੰਘੂ ਰੇਗਲਾਜੇ ਕਸ਼ਮੀਰ ਚ ਪੁਲਿਸ ਕਾਰਮੀਆਂ ਤੇ ਐਸਪੀਓਜ਼ ਦੀ ਅਤਿਆਬਾਰੇ ਕੇਸ਼ ਰਾਜਨੇਤਾ ਐ ਇਸੀ ਸਰਕਾਰ ਅਸਿਆ ਚਲਾਇਆ ਜਾ ਰਹੇ ਅਤੰਗਵਾਦ ਰੋਧੀ ਅਭਿਆਨ ਨੇ ਦੇ ਚਲਦੇ ਅਤੰਗਵਾਦੀ ਦੀ ਭੁਖਲਾਹਟ ਦੱਸਿਆ ਤੇ ਦੇ ਲਈ ਸਰਕਾਰ ਕੀ ਗੈ ਦੋਸ਼ੀ ਦੱਸਿਆ ਇਹਨੇ ਰਾਜਨੀਤਾਈਂ ਦੇ ਬਿਆਨੇ ਦੀ ਨਿੰਦਿਆ ਕਰਦੇ ਹੋਏ ਡਾਕਟਰ ਸਿੰਘੋਰੇ ਗਲਾਜ ਨੇ ਬਿਆਨੇ ਕਰਨ ਸਟ੍ਰਕਚਰ ਬਲੇਂ ਦਾ ਮਨੋਬਲ ਕਮਜ਼ੋਰ ਪੈ ਸਕਦਾ ਹੈ ਇਸ ਕਰੀ ਕੋਈ ਵੀ ਬਿਆਨ ਦੇਣੇ ਚਾ ਪਹਿਲੇ ਇਸ ਗੱਲੇ ਕੀ ਧਿਆਨ ਚ ਰੱਖਣਾ ਚਾਹੀਦਾ ਹੈ ਜੇ ਸੁਰੱਖਿਆ ਬਲ ਰਾਸ਼ਟਰ ਤੇ ਰਾਸ਼ਵਾਸੀਆਂ ਦੀ ਰਾਖੀ ਹਿਫਾਜ਼ਤ ਲਈ ਗਏ ਇਹਨੇ ਅਭਿਆਨੇ ਕੀ ਅੰਜਾਮ ਦੇ ਆਰਦਨ ਜ਼ਿਲ੍ਹਾ ਪੁਲਵਾਮਾ ਤੇ ਸ਼ੋਪੀਆਂ ਥਾਰਿਆਂ ਉਪਰ ਸੁਰੱਖਿਆ ਬਲੇਂ ਅੱਜ ਵੱਡੇ ਤਲਾਸ਼ੀ ਅਭਿਆਨ ਚ ਲਾਇਆ ਸੁਰੱਖਿਆ ਬਲ ਨੇ ਖੇਤਰ ਦੀ ਕੇਰਾਬੰਦੀ ਕਰੀਏ ਉੱਥੇ ਅਤੰਗਵਾਦੀ ਰੋਦ ਦੀ ਅਭਿਆਨ ਤਹਿਤ ਤਲਾਸ਼ੀ ਅਭਿਆਨ ਚ ਲਾਇ ਪੁਲਿਸ ਸੈਨਾ ਤੇ ਸੀਆਰਪੀਐਫ ਦੀ ਸਾਂਝੀ ਟੀਮ ਨੇ ਤਕਰੀਬਨ 8 ਗ੍ਰਾਂਚ ਆਤੰਕਵਾਦੀਆਂ ਦੀ ਤਲਾਸ਼ੀ ਲਈ ਇਹ ਅਭਿਆਨ ਸ਼ੁਰੂ ਕੀਤਾ ਹੈ ਅਧਿਕਾਰੀਆਂ ਮੁਤਾਬਕ ਖੀਰੀ ਖਬਰ ਤੋਂ ਨੇ ਤੋੜੀ ਅਭਿਆਨ ਜਾਰੀ ਹੈ ਇਸ ਦੌਰਾਨ ਸ਼ੋਪੀਆਂ ਪੁਲਿਸ ਲਾਈਨ 'ਚ ਕੱਲ ਉਹਨੇ ਤਰੋਂ ਪੁਲਿਸ ਅਧਿਕਾਰੀਆਂ ਕੀ ਸ਼ਰਧਾਂਜਲੀ ਦਿੱਤੀ ਗਈ ਜਿੱਦ ਦੀ ਆਤੰਕਵਾਦੀਆਂ ਅਪਹਰਨ ਕਰਨੇ ਪ੍ਰੰਤ ਹੱਤਿਆ ਕਰ ਦਿੱਤੀ ਸੀ ਰਾਜਪਾਲ ਸਤਪਾਲ ਮਲਿਕ ਹੋਰੇ ਆਤੰਕਵਾਦੀਆਂ ਦੀ ਸਿਕਾਰਾਨਾ ਹਰਕਤ ਦੀ ਨਿੰਦਿਆ ਕੀਤੀ ਹੈ ਰਾਜਪਾਲ ਹੁੰਦੇ ਸਲਾਹਕਾਰ ਬੀਬੀ ਵਿਆਸ ਹੋਰੇ ਜੰਮੂ ਚ ਜੇਐਨਕੇ ਗਵਰਨਰ ਗ੍ਰੀਵੀਅਨ ਸੈਲ ਚ ਸਿਵਲ ਸੁਸਾਇਟੀ ਗਰੁੱਪਾਂ ਤੇ ਆਮ ਜਨਤਾ ਦੇ ਪ੍ਰਤੀਨਿਧੀ ਮੰਡਲੇ ਕੰਨੇ ਮਲਾਟੀ ਕੀਤੀ ਇਸ ਦੌਰਾਨ ਪ੍ਰਤੀਨਿਧੀ ਮੰਡਲੇ ਸ਼੍ਰੀ ਵਿਆਸ ਹੋਰੇ ਗੀ ਆਪਣੇ ਆਪਣੇ ਖੇਤਰ ਚ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ ਮੰਗੇ ਚ ਸੜਕ ਸੰਪਰਕ ਪਾਣੀ ਤੇ ਬਿਜਲੀ ਦੀ ਸਪਲਾਈ ਸਿਹਤ ਤੇ ਸਵੱਛਤਾ ਸਰਬੰਧੀ ਸਹੂਲਤਾਂ ਤੇ ਹੋਰ ਕਈ ਸਮੱਸਿਆਵਾਂ ਤੇ ਮੰਗਾਂ ਸ਼ਾਮਲ ਹਨ ਸਰਕਾਰੋ ਨੇ 19 ਸਮਸਿਆਾਂ ਕੀ ਤਰੋਇਏ ਸੁਨਿਆ ਤੇ ਉਹਨੇ ਕੀ ਪ੍ਰੋਸਦਵਾਇ ਜੇ ਤੋਲੇ ਗੇ ਸਰਬੰਧਿਤ ਵਿਭਾਗ ਅੱਗੇ 19 ਸਮਸਿਆਾਂ ਕੀ ਸੋਚ ਵਿਚਾਰ ਲਈ ਰੱਖਿਆ ਜਾਗ ਰਾਜਪਾਲ ਹੁੰਦੇ ਸਲਾਹਕਰ ਬੀਬੀ ਵਿਆਸ ਹੋ ਰੇ ਅੱਜ ਜੰਮੂ ਚਿਕ ਲੋਕ ਦਰਬਾਰ ਲੁਆਈਏ ਆਮ ਲੋਕਾਂ ਦੇ ਪ੍ਰਤੀਨਿਧਿ ਮੰਡਲੇ ਕੰਨੇ ਮਿਲਾਟੀ ਕੀਤੀ ਬਾਰ ਐਸੋਸੀਏਸ਼ਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਮੋਟਰ ਪਾਰਟਸ ਡੀਲਰ ਐਸੋਸੀਏਸ਼ਨ ਪੀਓ ਜੇਕੇ ਸ਼ਰਨਾਰਥੀ ਤੇ ਕਠਵਰ ਜੋੜੀ ਰਿਆਸੀ ਡੋਡਾ ਸੰਬਾ ਕਿਸ਼ਤਵਾਰ ਉਧੰਪੁਰ ਤੋਂ ਆਏ ਦੇ ਪ੍ਰਤੀਨਿਧੀ ਮੰਡਲੇ ਕਨੇ ਸਲਾਕਾਰ ਹੋਰੇ ਗੱਲਬਾਤ ਕੀਤੀ ਤੇ ਉਹਨਦੀ ਸਮੱਸਿਆਈ ਵੀ ਸੁਨੀਆਂ ਤੇ ਉਹਦਾ ਹਲ ਕਰਨੇ ਦਾ ਯਕੀਨ ਦਵਾਇਆ ਨਾਸ਼ੀਤ ਹਮ ਬਨਾਲ ਤੱਕ ਜਰਨੇਲੀ ਛਿੜਕਾ ਦੇ ਚਾਰ ਲੇਨ ਵਾਲਾ ਕਰਨੇ ਦੇ ਕੰਮੇ ਦਾ ਜੁਆਇੰਟ ਡਾਇਰੈਕਟਰ ਹਾਈਵੇਜ਼ ਅਮਿਤ ਘੋਸ਼ ਹੋਰੇ ਅੱਜ ਨਿਰੀਖਣ ਕੀਤਾ ਰਾਮਬੰਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਐਸਏ ਭੱਟ ਤੇ ਦੂਏ ਅਧਿਕਾਰੀ ਇਸ ਮੌਕੇ ਪਰ ਮੌਜੂਦ ਹੈ ਉਹਨੇ ਚਨਨੀ ਨਾਸ਼ੀਤ ਸੁਰੰਗ ਦਾ ਮੌਆਇਨਾ ਵੀ ਕੀਤਾ ਇਦੇ ਬਾਅਦ ਉਹਨੇ ਕੁੰਫਰ ਨਾਲੇ ਕੋਲ ਬਣਾਦੀ 800 ਮੀਟਰ ਟਨਲ ਤੇ ਰਾਮਬੰਨ ਚ ਫਲਾਈਓਵਰ ਦੇ ਕੰਮ ਦਾ ਮੌਈਨਾ ਵੀ ਕੀਤਾ ਕੇਂਦਰੀ ਰਾਜਮਾਰਗ ਮੰਤਰਾਲੇ ਚ ਜੁਆਇੰਟ ਡਾਇਰੈਕਟਰ ਹਾਈਵੇਜ਼ ਅਮਿਤ ਘੋਸ਼ ਹੋਰੇ ਸਰਬੰਧੀ ਇੰਜੀਨਰ ਤੇ ਪ੍ਰਸ਼ਾਸਨ ਕੀ ਨਿਰਦੇਸ਼ ਦਿੱਤੇ ਜੇ ਰਾਸ਼ਟਰੀ ਪ੍ਰੋਜੈਕਟਾਂ ਚ ਅਰਚਨ ਬੰਨਿਆਲੇ ਸਭ ਨੇ ਮਸਲੇਂ ਕੀ ਫੌਰਨ ਨਿਬੇੜੀ ਦਿੱਤਾ ਜਾ ਇਹ ਉਹਨੇ ਕੀ ਬੋਲਾ ਨਹੀਂ ਨਹੀਂ ਦੋ ਨੀ 10 32 ਇਹ ਪ੍ਰੋਜੈਕਟ 2015 ਦਸੰਬਰ ਮੇ ਸ਼ੁਰੂ ਹੋ ਕੇ ਦਸੰਬਰ 2014 और रामबल बनिहाल जून दो हज़ार उन्नीस में ख़त्म होने थे अभी तो हम फाइनल अवार्ड जस्ट दो महीने हुए हैं उसी संदर्भ में आज हमारे जो जो मीटिंग हुई है कि इसको आप क्योंकि इतना टाइम प्लेस इसमें इन्वॉल्व हो गई है तो उसका डैमेज कंट्रोल कह सकिए तो उसमें जो भी इश्यूज़ थे वो इश्यूज़ आज डिस्कस हो गए उनके ऊपर जो कंसर्न अथार्टीज को तो उनको काम दिया गया और टाइम लाइन्स दी गई ताकि एक सुनियोजित तरीके से ये दोनों प्रोजेक्ट को ਰਿਆਸਤ ਦੇ ਮੁੱਖ ਚੋਣ ਅਧਿਕਾਰੀ ਸ਼ਾਲਿਨ ਕਾਬਰਾ ਹੋਰੇ ਮਿਊਂਸਪਲ ਚੋਣ 2018 ਦੇ ਤਰੀਕੇ ਗੇਟ ਦੀ ਅਧਿਸੂਚਨਾ ਅੱਜ ਜਾਰੀ ਕੀਤੀ ਇਸ ਗੇਟ 'ਚ ਸ਼੍ਰੀਨਗਰ ਨਗਰ ਨਿਗਮ ਮਿਊਂਸਪਲ ਕਮੇਟੀ ਹਾਜੀ ਮਿਊਂਸਪਲ ਕਾਉਂਸਲ ਸੋਫੋਰ ਮਿਊਂਸਪਲ ਕਮੇਟੀ ਉੜੀ ਤੇ ਕਸ਼ਮੀਰ ਗਾਟੀ ਦੀ ਕਿਸ਼ ਔਰ ਮਿਊਂਸਪਲ ਇਦਾਰਿਆਂ 'ਚ ਮਤਦਾਨ ਹੋਗ ਜੰਮੂ ਪ੍ਰਾਂਤ ਚਤਰੀਏ ਗੇਟ ਚ ਸਾਂਬਾ ਰਾਮਗੜ੍ਹ ਵਿਜੇਪੁਰ ਤੇ ਬੜੀ ਬ੍ਰਾਮਨਾਦੀ ਮਿਨਿਸਪਲ ਕਮੇਟੀ ਦਾ ਚੋਣ ਹੋਗਤਰੀਏ ਗੇਟ ਦੇ ਚੋਣ ਦੀ ਅਧਿ ਸੂਚਨਾ ਮੁਜਬ ਉਮੀਦਵਾਰਿਆਂ ਸਿਆ ਨਾਮੰਗਤ ਦਾਖਲ ਕਰਨ ਦੀ ਖੀਰੀ ਤਰੀਕ 29 ਸਤੰਬਰ 2018 ਨਿਸ਼ਚਿਤ ਕੀਤੀ ਗਈ ਹੈ। ਉਦੰਬਰ ਦੇ ਡੀਸੀ ਦਫਤਰ ਚ ਲੱਗੀ ਦੀ ਇੱਕ ਮੀਟਿੰਗ ਚ ਮਿਨਿਸਪਲ ਚੋਣ ਲਈ ਲੋਜਸਟੇ ਪ੍ਰਬੰਧੇ ਕੀ ਮੁਖਦਰੂਪ ਦਿੱਤਾ ਗਿਆ। ਜ਼ਿਲ੍ਹਾ ਚੋਣ ਅਧਿਕਾਰੀ ਰਵਿੰਦਰ ਕੁਮਾਰ ਹੋਰੇ ਮੀਟਿੰਗ ਦੀ ਅਧਿਖਸ਼ਤਾ ਕੀਤੀ ਜਦਕਿ ਸੱਬੇ ਨੌਕਰ ਅਧਿਕਾਰੀ ਤੇ ਸਬੰਧਿਤ ਕਰਮਚਾਰੀ ਮੀਟਿੰਗ 'ਚ ਮੌਜੂਦ ਹੈ ਉਦਮਪੁਰ ਜ਼ਿਲ੍ਹੇ 'ਚ ਮਿਉਂਸਿਪਲ ਚੋਣ ਰਮਾਨਦਾਰੀ ਕਰਨੇ ਕਰਵਾਉਣੇ ਤੇ ਉਮੀਦਵਾਰਾਂ ਦੇ ਖਰਚਿਆਂ 'ਤੇ ਤੱਕ ਰੱਖਣੇ ਸਨ ਬਕਬਕ ਪ੍ਰਕਿਰਿਆ ਲਈ ਲੋਜਿਸਟਿਕ ਕਮੇਟੀਆਂ ਦੀ ਕੋਸ਼ਨਾ ਮੀਟਿੰਗ ਦੌਰਾਨ ਕੀਤੀ ਗਈ से नियमों की उल्लंघना किए जाने पर रोक लाने लिए फ्लाइंग स्कॉट्स का गठन भी किया गया मीटिंग बनाई थी जो डिफरेंट टीम्स काम करें चाहे लैंड ऑर्डर के इश्यूज़ हों चाहे एमसीसी सी सी की, की वॉल्यूशन हो या फिर एक्सपेंडिचर मॉनिटरिंग हो तो इस सब को लेकर हमने आज टीम हमारी सब टीम्स की मीटिंग थी तो हमारी कोशिश ये है कि इलेक्शन पीसफुल और ट्रांसपेयर ਕਠੂਆ ਚ ਸ਼ਹਿਰੀ ਮੁਕਾਮੀ ادارے ਦੇ ਚੋਣਾਂ ਸ਼ਾਂਤੀ ਤੇ ਸੁਰੱਖਿਤ ਟੰਗਾ ਕਰਨੇ ਕਰਾਣੇ ਦੇ ਮਕਸਦ ਕਨੇ ਇੱਕ ਮੀਟਿੰਗ ਲੱਗੀ ਕਠੂਆ ਦੇ ਡਿਪਟੀ ਕਮਿਸ਼ਨਰ ਰੋਹਿਤ ਖਜੂਰੀਆ ਐਸਪੀ ਸ਼੍ਰੀਧਰ ਪਾਟਿਲ ਤੇ ਦੂਏ ਸਿਵਲ ਤੇ ਪੁਲਿਸ ਦੇ ਅਧਿਕਾਰੀ ਮੀਟਿੰਗ ਚ ਸਲਾਤਾ ਮੀਟਿੰਗ ਦੌਰਾਨ ਮਤਦਾਨ ਕੇਂਦਰ ਤੇ ਚੋਣਾਂ ਕਰਮਚਾਰੀਆਂ ਲਈ ਸੁਰੱਖਿਆ ਪ੍ਰਬੰਧਨ ਤੇ ਸਾਫ ਸੁਥਰੇ ਚੋਣ ਕਰਾਣੇ ਵਾਸਤੇ ਕਿਤੇ ਜੜ ਦੇ ਇੰਤਜ਼ਾਮੇ ਉੱਪਰ ਚਰਚਾ ਕੀਤੀ ਗਈ ਮਗਰਾ ਐਸਪੀ ਕਠੂਆ ਔਰ ਇਹਦਾ ਸਿਆਜ ਜੰਮੂ ਕਸ਼ਮੀਰ ਪੁਲਿਸ ਕੇਂਦਰੀ ਰਿਜ਼ਰਵ ਪੁਲਿਸ ਬਲ ਤੇ ਅਰਧ ਸੈਨਿਕ ਬਲਾਂ ਕੀ ਚੋਣ ਦੌਰਾਨ ਸੁਰੱਖਿਆ ਵਾਸਤੇ ਤਣਾਤ ਕੀਤਾ ਜਾ ਕਰਦਾ ਹੈ इलेक्शन की ये एक प्रेपरेटरी मीटिंग होती हैं और चलती रहती हैं इसमें हम समय समय पर रिव्यू करते रहते हैं कि इलेक्शन में कैसे काम करना है क्या क्या स्थितियाँ रहेंगी क्या क्या इंतज़ाम चाहिए उसी के सिलसिले में आज जो है रेवेन्यू और पुलिस की एक मीटिंग हुई थी और हमने ये व्यवस्थाएँ कायम की है कि कैसे लोगों की अच्छा ढंग से इलेक्शन करवा कर देना है सरकार सरकारसी लॉ एंड ऑर्डर और इस किस्म की जितनी भी थ्रेट थ्रेट असेसमेंट है उनको मद्देनज़र रखते हुए सिक्योरिटी का इंतजाम किया गया है सफिशियंट सिक्योरिटी है और उसमें दोनों चीज़ों का ख्याल रखा रह, गया है कि वोटर की सिक्योरिटी और वोटर का कन्वीनियंस दोनों चीज़ों को बैलेंस करते हुए मोर एंड मोर पार्टिसिपेशन ताकि हम डेमोक्रेसी को स्ट्राग से स्ट्रॉन्ग बनाएँ इस चीज़